ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਮੇ ਮਤ ਹਿਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਮਮੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਤੇਰੀ ਮਤ ਬੁੱਧੀ ਲਾਲਚ ਨੇ ਹਿਰ ਕਈ ਚੁਰਾ ਲਈ ਹੈ ਕਿਉਂਕਿ ਤੇਰੇ ਹਿਰਦੇ ਅੰਦਰ ਹਾ ਮੇ ਹੰਗਤਾ ਮਮਤਾ ਦਾ ਬਹੁਤ ਵੱਡਾ ਦੀਰਘ ਰੋਗ ਦੋਸ਼ ਪਿਆ ਹੋਇਆ ਹੈ ਅੰਤਰ ਆਤਮੈ ਬ੍ਰਹਮ ਨ ਚੀਨਿਆ ਮਾਇਆ ਕਾ ਮੋਹਤਾਜ ਪਿਆ ਆਦਮੇ ਕੀ ਇਹ ਮਨ ਅੰਤਰ ਵਿੱਚ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਚੀਨਿਆ ਜਾੜਿਆ ਨਹੀਂ ਅਤੇ ਉਲਟਾ ਦੌਲਤ ਦਾ ਮੋਹਤਾਜ ਪਾਵ ਮਥਾਜ ਲੋੜ ਵਾਲਾ ਹੋਇਆ ਹੈ ਕਕੇ ਕਾਮ ਕਰੋਧ ਪਰਮਿਓ ਮੂੜੇ ਮਮਤਾ ਲਾਗੇ ਤਦ ਹਰ ਵਿਸਰਿਆ ਕਕੇ ਅਖਰ ਦੁਆਰਾ ਕਥਨ ਕਰ ਰਹੇ ਹਨ ਕਿ हे ਮੂੜੇ ਮੂਰਖ ਤੂੰ ਕਾਮ ਕਰੋਧ ਆਦਿਕਾਂ ਵਿੱਚ ਪਰਮ ਦਾ ਫਿਰਦਾ ਹੈ ਅਤੇ ਪਦਾਰਥਾਂ ਦੀ ਮਮਤਾ ਆਪਣਾਤ ਵਿੱਚ ਲੱਗ ਕਰਕੇ ਤਦ ਕਈਏ ਤੈਨੂੰ ਹਰ ਵਾਇਗਰੂ ਪਰਮੇਸ਼ਰ ਵਿਸਰਿਆ ਭੁੱਲ ਗਿਆ ਹੈ ਪੜ੍ਹ ਹੈ ਗੁਣ ਹੈ ਤੂੰ ਬਹੁਤ ਪੁਕਾਰ ਹੈ ਵੇਣ ਬੂਝੇ ਤੂੰ ਡੂਬ ਮੁਆ ਤੂੰ ਸ਼ਾਸਤਰਾਂ ਨੂੰ ਪੜ ਕੇ ਤੇ 베ਦਾਂ ਨੂੰ ਗੁਣ ਹੈ ਵਿਚਾਰ ਕੇ ਬਹੁਤ ਅਨੇਕਾਂ ਪੁਕਾਰਾਂ ਕਰਦਾ ਹੈ ਪਾਵ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਪਰੰਤੂ ਤੂੰ ਸਿਧਾਂਤ ਦੇ ਬੂਝੇ ਸਮਝੇ ਤੋਂ ਵਿਣ ਬਗੈ ਰਹੀ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਕੇ ਮਰ ਰਿਹਾ ਹੈ ਭਾਵ ਲਾਲਚ ਦੇ ਹੜ ਵਿੱਚ ਡੁੱਬ ਕੇ ਆਤਮਿਕ ਮੌਤ ਮਰ ਚੁੱਕਾ ਹੈ ਤਤ ਤਾਮਸ ਜਲਿਓ ਮੂੜੇ ਥੱਥੈ ਥਾਨ ਪ੍ਰਿਸ਼ਟ ਹੋਆ ਤਦੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਤਾਮਸ ਤਮੋ ਗੁਣ ਵਿੱਚ ਤੂੰ ਜਲਿਓ ਸੜ ਰਿਹਾ ਹੈ ਥੱਥੈ ਥੱਥੇ ਅਖਰ ਦੁਆਰਾ ਕਥਨ ਕਰਦੇ ਹਨ ਕਿ ਜਿਸ ਜਗ੍ਹਾ ਤੇ ਤੂੰ ਬੈਠਦਾ ਹੈ ਉਹ ਵੀ ਪ੍ਰਿਸ਼ਟ ਅਪਵਿੱਤਰ ਹੋ ਜਾਂਦਾ ਹੈ ਤੇਰਾ ਹਿਰਦੇ ਰੂਪੀ ਥਾਵੇਂ ਪ੍ਰਿਸ਼ਟ ਗੰਦਾ ਹੋ ਰਿਹਾ ਤੇਰਾ ਪ੍ਰਲੋਕ ਰੂਪੀ ਥਾਵੇਂ ਪ੍ਰਿਸ਼ਟ ਹੋ ਗਿਆ ਹੈ ਕੱਗੇ ਘਰ ਘਰ ਫਿਰਹਿ ਤੂੰ ਮੂੜੇ ਦੱਦੇ ਦਾਨ ਨਾ ਤੁੱਦ ਲਿਆ ਕੱਗੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਤੂੰ ਘਰ ਘਰ ਸ਼ਾਸਤਰਾ ਸ਼ਾਸਤਰਾ ਘਰਾਂ ਘਰਾਂ ਵਿੱਚ ਮੰਗਦਾ ਫਿਰਦਾ ਹੈ ਦੱਦੇ ਅਖਰ ਦੁਆਰਾ ਕਥਨ ਕਰਦੇ ਹਨ ਕਿ ਜੇ ਕਿਸੇ ਨੇ ਸਰਦਾ ਨਾਲ ਥੋੜਾ দান ਦਿੱਤਾ ਉਹ ਤੂੰ ਲਿਆ ਨਹੀਂ ਅਸਲੀ ਨਾਮ ਦਾ দান ਤੂੰ ਲੈਣਾ ਹੀ ਨਹੀਂ ਕੀਤਾ ਪੱਪੇ ਪਾਰਨ ਪਵਹੀ ਮੂੜੇ ਪਰਪੰਚ ਤੂੰ ਪਲਚ ਰਿਹਾ ਪੱਪੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਤੂੰ ਸੰਸਾਰ ਸਮੁੰਦਰ ਤੋਂ ਪਰਲੇ ਪਾਸੇ ਭਾਵ ਪਾਰ ਨਹੀਂ ਪਵੇਗਾ ਅਰਥਾਤ ਮੁਕਤੀ ਰੂਪ ਕਿਨਾਰੇ ਤੇ ਨਹੀਂ ਪਹੁੰਚ ਸਕੇਗਾ ਕਿਉਂਕਿ ਤੂੰ ਪਰਪੰਚ ਛਲ ਰੂਪ ਸੰਸਾਰ ਦੇ ਮੋਹ ਜਾਲ ਵਿੱਚ ਪਲਚ ਕਈਏ ਫਸ ਰਿਹਾ ਹੈ ਸੱਚ ਆਪ ਖੁਆਇਓ ਹੋ ਮੂੜੇ ਇਹੋ ਸਿਰ ਤੇਰੇ ਲੇਖ ਪਿਆ ਏ ਮੂੜੇ ਬੇਸਮਝ ਪੰਡਤ ਸੱਚੇ ਪਰਮੇਸ਼ਰ ਨੇ ਕਰਮਾਂ ਅਨਸਾਰ ਆਪ ਤੈਨੂੰ ਕਉ ਆਏ ਉਹ ਭੁਲਾਇਆ ਹੈ ਕਿਉਂਕਿ ਇਹੋ ਜਿਹਾ ਤੇਰੇ ਸਿਰ ਮਸਤਕ ਤੇ ਪੁਰਬਲੇ ਕਰਮਾ ਕਰਕੇ ਖੋਟਾ ਲੇਖ ਪਿਆ ਹੋਇਆ ਸੀ ਪਭੈ ਪਵਜਲ ਡੁਬੋ ਮੂੜੇ ਮਾਇਆ ਵਿੱਚ ਗਲਤਾਨ ਪਿਆ ਪਭੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਬੇਸਮਝ ਤੂੰ ਪਵਜਲ ਸੰਸਾਰ ਸਮੁੰਦਰ ਦੀਆਂ ਮੋਹ ਰੂਪੀ ਲਹਿਰਾਂ ਵਿੱਚ ਡੁੱਬੋ ਕਈਏ ਡੁੱਬ ਰਿਹਾ ਹੈ ਅਤੇ ਮਾਇਆ ਵਿੱਚ ਰਾਤ ਦਿਨ ਹੀ ਗਲਤਾਨ ਮਸਤ ਹੋ ਰਿਹਾ ਹੈ ਭਾਵ ਖੱਜਧ ਹੋਇਆ ਹੈ ਗੁਰ ਪ੍ਰਸਾਦੀ ਏਕੋ ਜਾਣੈ ਏਕ ਕੜੀ ਮਹਿ ਪਾਰ ਪਿਆ ਜੇ ਸਤਿਗੁਰਾਂ ਦੀ ਬਰਸਾਦੀ ਕਿਰਪਾ ਦੁਆਰਾ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਜਾਣੇ ਜਾਣ ਲਵੇ ਤਾਂ ਇੱਕ ਘੜੀ ਸਠਾਂ ਪਲਾਂ ਵਿੱਚ ਹੀ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ ਪਾਰ ਪਾਵ ਭਾਵ ਪਾਰ ਲੰਘ ਜਾਵੇਂਗਾ ਵਾਵੇ ਵਾਰੀ ਆਇਆ ਮੂੜੇ ਵਾਸ ਦੇ ਤਉਦ ਵੀਸਰਿਆ ਵਾਵੇ ਅਖਰ ਦੁਆਰਾ ਕਥਨ ਕਰ ਰਹੇ ਹਨ ਏ ਮੂੜੇ ਮੂਰਖਾ ਮਨੁਖਾ ਜਨਮ ਦੀ ਪ੍ਰਾਪਤੀ ਤੈਨੂੰ ਰੱਬ ਦੇ ਮਿਲਣ ਦੀ ਵਾਰੀ ਆਈ ਹੈ ਜੋ ਸਾਰਿਆਂ ਨੂੰ ਵਾਸਾ ਦੇਣ ਵਾਲਾ ਪਰਮਾਤਮਾ ਹੈ ਉਹ ਤੈਨੂੰ ਵਿਸਰਿਆ ਭੁੱਲ ਗਿਆ ਹੈ ਇਹ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜਮ ਕੇ ਵਸ ਪਿਆ हे ਮੂੜੇ ਮੂਰਖਾ ਇਸ ਮਨੁੱਖਾ ਜਨਮ ਦਾ ਵੇਲਾ ਸਮਾ ਗੁਨਾਹਾਂ ਨੂੰ ਬਖਸ਼ਾਉਣ ਲਈ ਦੁਬਾਰਾ ਨਹੀਂ ਲਵੇਗਾ ਫਿਰ ਤਾਂ ਤੂੰ ਜਮ ਜਮਦੂਤਾਂ ਦੇ ਵਸ ਅਧੀਨ ਪੈ ਜਾਵੇਂਗਾ ਸੱਜ ਕਦੀ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਝਜੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਬੇਸਮਝਾ ਇੱਕ ਵਾਰੀ ਤੂੰ ਸਤਿਗੁਰਾਂ ਦਾ ਉਪਦੇਸ਼ ਸਿਧਾਂਤ ਸੁਣ ਭਾਵ ਸਰਵਣ ਕਰਕੇ ਦੇਖ ਸਤਿਗੁਰਾਂ ਦਾ ਉਪਦੇਸ਼ ਸਰਦਾ ਰੂਪੀ ਵਿਖਾ ਕਦਮਾਂ ਨਾਲ ਚੱਲ ਕੇ ਸੁਣ ਕਦੇ ਫੇਰ ਕਦੀ ਵੀ ਝੂਰਹਿ ਝੂਰੇਗਾ ਨਹੀਂ ਭਾਵ ਕਦੀ ਵੀ ਪਛਤਾਵੇਂਗਾ ਨਹੀਂ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾਹੈ ਨਾਉ ਬੁਰਾ ਸਤਿਗੁਰਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਗੈਰ ਹੋਰ ਕੋਈ ਵੀ ਗੁਰੂ ਨਹੀਂ ਹੈ ਨਿਗੁਰੇ ਜਿਸ ਦਾ ਕੋਈ ਵੀ ਗੁਰੂ ਨਹੀਂ ਨਿਗੁਰੇ ਮਨਮੁਖ ਦਾ ਨਾਮ ਲੈਣਾ ਵੀ ਬੁਰਾ ਹੈ ਭੈੜਾ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਿਨਾ ਹੋਰ ਕੋਈ ਵੀ ਗੁਰੂ ਪੂਜਨੀਕ ਨਹੀਂ ਜਿਹੜੇ ਗੁਰੂ ਦੇ ਆਤਮ ਉਪਦੇਸ਼ ਨੂੰ ਨਹੀਂ ਜਾਣਦੇ ਉਹਨਾਂ ਨੇ ਗੁਰੇ ਮਨ ਮੁੱਖਾਂ ਦਾ ਨਾਮ ਲੈਣਾ ਵੀ ਬੁਰਾ ਭੈੜਾ ਹੈ ਤਦੈ ਤਾਵਤ ਵਰਜ ਰਖ ਮੂੜੇ ਅੰਤਰ ਤੇ ਰਹਿ ਨਿਧਾਨ ਪਿਆ ਤਦੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਪਦਾਰਥਾਂ ਵੱਲ ਧਾਵਤ ਦੌੜ ਦੀ ਮਨ ਨੂੰ ਵਰਜ ਰੋਕ ਕੇ ਰੱਖ ਜੋ ਤੇਰੇ ਹਿਰਦੇ ਵਿੱਚ ਨਾਮ ਦਾ ਨਿਧਾਨ ਖਜ਼ਾਨਾ ਪਿਆ ਹੈ ਉਸ ਨੂੰ ਪ੍ਰਾਪਤ ਕਰ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਹ ਪਿਆ ਜੇਕਰ ਤੂੰ ਗੁਰਾਂ ਦੁਆਰਾ ਗੁਰਮੁਖ ਸੁਭਾਅ ਵਾਲਾ ਹੋਵੇਂਗਾ ਤਾਂ ਵਾਹਿਗੁਰੂ ਦੇ ਨਾਮ ਰਸ ਨੂੰ ਪੀਵੇਂਗਾ ਅਤੇ ਜੁਗਾਂ ਜੁਗੰਤਰ ਜੁਗਾਂ ਜੁਗਾਂ ਵਿੱਚ ਬ੍ਰਹਮ ਆਨੰਦ ਰੂਪੀ ਰਸ ਨੂੰ ਪਿਆ ਖਾਵੇਂਗਾ ਜੋ ਕਦੇ ਵੀ ਮੁੱਕੇਗਾ ਨਹੀਂ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੱਗੇ ਅਖਰਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਬੇ ਸਮਝਾ ਤੂੰ ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਚਿਤ ਹਿਰਦੇ ਵਿੱਚ ਸਿਮਰਨਾ ਕਰ ਭਾਵ ਚੇਤੀ ਕਰ ਗਿਆਨ ਦੀਆਂ ਗੱਲਾਂ ਕਰੀਏ ਪਰ ਕਮਾਈ ਨਾ ਕਰੀਏ ਇਸ ਤਰ੍ਹਾਂ ਕਿਸੇ ਨੇ ਵੀ ਪਰਮੇਸ਼ਰ ਵਾਹਿਗੁਰੂ ਨੂੰ ਪਾਉਣਾ ਨਹੀਂ ਕੀਤਾ ਜਿਸ ਕਿਸੇ ਨੇ ਪਾਇਆ ਸਿਮਰਨ ਕਰਕੇ ਹੀ ਪਾਉਣਾ ਕੀਤਾ ਹੈ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਹਿ ਸਭ ਬਖਸ ਲਇਆ ਹੇ ਮੂੜੇ ਬੇਸਮਝ ਗੁਰ ਸਤਗੁਰਾਂ ਦੇ ਚਰਨਾਂ ਨੂੰ ਹਿਰਦੈ ਮਨ ਵਿੱਚ ਵਸਾਉਣਾ ਕਰ ਤਾ ਤੇਰੇ ਪਿਛਲੇ ਪਹਿਲੇ ਭਾਵ ਪਿੱਛੇ ਦੇ ਕੀਤੇ ਸਾਰੇ ਗੁਨਾਹਾਂ ਪਾਪ ਬਖਸ਼ਲੇ ਜਾਣਗੇ ਹਾ ਹੈ ਹਰ ਕਥਾ ਬੂਝ ਤੂੰ ਮੂੜੇ ਤਾ ਸਦਾ ਸੁਖ ਹੋਈ ਹਾ ਹੈ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਮੂਰਖ ਤੂੰ ਹਰੀ ਵਾਹਿਗੁਰੂ ਦੀ ਕਥਾ ਨੂੰ ਗੁਰਾਂ ਤੋਂ ਬੂਝ ਬੁੱਝਣਾ ਭਾਵ ਪੁੱਛਣਾ ਕਰ ਤਾਂ ਤੈਨੂੰ ਹਮੇਸ਼ਾ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ ਮਨਮੁਖ ਪੜ੍ਹੈ ਤੇਤਾ ਦੁੱਖ ਲਾਗੈ ਵਿਣ ਸਤਗੁਰ ਮੁਕਤ ਨ ਹੋਈ ਜੇ ਮਨਮੁਖ ਤਾਈ ਦੀ ਪੜਾਈ ਪੜੇਗਾ ਤਾਂ ਜੰਮਣ ਮਰਨ ਦਾ ਤੇਤਾ ਉਤਨਾ ਹੀ ਦੁੱਖ ਕਸ਼ਟ ਲੱਗਿਆ ਰਹੇਗਾ ਸਤਗੁਰਾਂ ਤੋਂ ਵਿਣ ਬਗੈਰ ਕਿਸੇ ਦੀ ਹੁਣ ਤੱਕ ਮੁਕਤੀ ਨਹੀਂ ਹੋਈ ਰਾਰੇ RAM ਚਿਤ ਕਰ ਮੂੜੇ ਹਿਰਦੈ ਜਿਨ ਕੈ ਰਵ ਰਹਿਆ ਰਾਰੇ ਅਖਰ ਦੁਆਰਾ ਕਥਨ ਕਰਦੇ ਹਨ ਕਿ हे ਮੂੜੇ ਬੇਸਮਝ RAM ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਜਿਨ੍ਹਾਂ ਦੇ ਹਿਰਦੈ ਚਿੱਤ ਵਿੱਚ ਰਵ ਵਿਆਪਕ ਪਰਮੇਸ਼ਰ ਦਾ ਉਚਾਰਨ ਹੋ ਰਿਹਾ ਉਹ ਮੁਕਤ ਬੁਰਖ ਹਨ ਗੁਰ ਪ੍ਰਸਾਦੀ ਜਿਨੀ RAM ਪਛਾਤਾ ਨਿਰਗੁਣ RAM ਤਿਨੀ ਬੂਝ ਲਹਿਆ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਜਿਨੀ ਕਹੀਏ ਜਿਨ੍ਹਾਂ ਨੇ RAM ਪਰਮੇਸ਼ਰ ਨੂੰ ਪਛਾਣਿਆ ਹੈ ਉਹਨਾਂ ਨੇ ਨਿਰਗੁਣ ਤਿੰਨਾ ਗੁਣਾ ਤੋਂ ਅਤੀਤ ਨਿਰਆਕਾਰ ਸਰੂਪ ਪਰਮੇਸ਼ਰ ਨੂੰ ਬੂਝ ਕਹੀਏ ਸਮਝ ਲਿਆ ਹੈ ਜਦੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਤਨੇ ਬਚਨ ਕਹੇ ਤਾਂ ਪੰਡਿਤ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਿਆ ਅੱਗੇ ਵਾਸਤੇ ਕਿਸੇ ਦੀ ਲੜਕੀ ਦੇ ਪੈਸੇ ਲੈਣੇ ਅਤੇ ਬੱਚਿਆਂ ਨੂੰ ਖੋਟੀ ਸਿੱਖਿਆ ਦੇਣੀ ਇਤਿਆਦ ਇਹ ਛੱਡ ਕਰਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਤਗੁਰਾਂ ਨੇ ਸਿੱਖੀ ਬਖਸ਼ ਕੇ ਜੰਮਣ ਮਰਨ ਤੋਂ ਰਹਿਤ ਕਰਕੇ ਅਗਲੀ ਪੌੜੀ ਉਚਾਰਨ ਕਰਦੇ ਹਨ ਤੇਰਾ ਅੰਤ ਨ ਜਾਈ ਲਖਿਆ ਅਕਥ ਨ ਜਾਈ ਹਰ ਕਥਿਆ हे परमेश्वर तेरा अंत ऊडक किसे पासो भी लखया जाणिया नहीं जांदा अति हे अकथ कथन तो रहत हरि वाहे गुरु तू शक्ति बिरती करके भी कथया कहया नहीं जांदा नानक जिनको सतगुरु मिलया तिनका लेखा निबड़या सतगुरु जी कथन करदे हन कि जिन्ना नु सतगुरु श्री गुरु नानक देव महाराज जी मिले हन ਉਹਨਾਂ ਦਾ ਜੰਮਣ ਮਰਨ ਦਾ ਲੇਖਾ ਹਿਸਾਬ ਕਿਤਾਬ ਨਿਬੜਿਆ ਭਾਵ ਨਿਬੜ ਗਿਆ ਮੁੱਕ ਗਿਆ ਹੈ ਸੋ ਅੰਕ 18 ਦਾ ਭਾਵ ਹੈ ਕਿ 18 ਪੌੜੀ ਵਾਲੀ ਸਾਰੀ ਇੱਕੋ ਹੀ ਬਾਣੀ ਹੈ ਜਿਸ ਦਾ ਸਰਲੇਖ ਪੱਟੀ ਹੈ ਅੰਕ 2 ਦਾ ਭਾਵ ਕਿ ਪੱਟੀ ਨਾਮ ਦੀਆਂ ਦੋ ਬਾਣੀਆਂ ਹਨ ਰਾਗ ਅਸਾ ਮਹੱਲਾ ਪਹਿਲਾ ਸ਼ੰਤ ਘਰ ਬਹਿਲਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੱਖਣ ਦੇਸ਼ ਵਿੱਚ ਵਿਚਰੇ ਸਨ ਸੱਚੇ ਪਾਤਸ਼ਾਹ ਜੀ ਇੱਕ ਬੜੇ ਭਾਰੀ ਬੀਆਬਾਨ ਜੰਗਲ ਵਿੱਚ ਬੈਠੇ ਸਨ ਉੱਥੇ ਕੁਝ ਅਧਿਕਾਰੀਆਂ ਨੇ ਆ ਕਰਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ ਤਾਂ ਇਹ ਸੁਣ ਕਰਕੇ ਸਤਿਗੁਰੂ ਜੀ ਜਿਗਿਆਸੂ ਅਤੇ ਮਹਾਤਮਾ ਰੂਪ ਸਖੀ ਦੇ ਸੰਵਾਦ ਦੁਆਰਾ ਜਿਵੇਂ ਉੱਤਮ ਸਖੀ ਮੱਦਮ ਸਖੀ ਨੂੰ ਸਿੱਖਿਆ ਦੇਵੇ ਤੇ ਮੱਦਮ ਸਖੀ ਆਪਣੀ ਬਿਰਧ ਮਾਤਾ ਰੂਪ ਉੱਤਮ ਸਖੀ ਦੇ ਪਾਸੋਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਜਾਂਚ ਪੁੱਛੇ ਇਸ ਪ੍ਰਕਾਰ ਦੇ ਰੂਪਕ ਅਲੰਕਾਰ ਦੁਆਰਾ ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜੀ ਘਰ ਭਾਵ ਪਹਿਲੇ ਸੁਰ ਤਾਲ ਘਰ ਵਿੱਚ ਸ਼ੰਤ ਜਸ ਰੂਪ ਜਿਸ ਵਿੱਚ ਛੇ ਛੇ ਤੁਕਾਂ ਆਉਣ ਜਿਸ ਵਿੱਚ ਸੰਗੀਤ ਤੇ ਕਾਵ ਸਥਿਰ ਕੀਤਾ ਹੋਵੇ ਉਸ ਦਾ ਨਾਮ ਸ਼ੰਤ ਹੁੰਦਾ ਹੈ ਸ਼ਬਦ ਪਹਿਲਾ ਮੰਗਲ ਕਰਕੇ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਏ ਮੁੰਦ ਮੁਗਦ ਸੁੰਦਰ ਗੁਣਾ ਕਰਕੇ ਸੁੰਦਰ ਸਰੂਪ ਤੇ ਜੋਬਨ ਸ਼ੌਕ ਅਵਸਥਾ ਰੂਪੀ ਜਵਾਨੀ ਜੁਬਾ ਅਵਸਥਾ ਵਾਲੀਏ ਜਗਿਆਸ ਰੂਪ ਬਾਲੜੀਏ ਸਕੀਏ ਮੇਰਾ ਪਤੀ ਰਾਮ ਪਰਮੇਸ਼ਰ ਰਲਿਆਲਾ ਹੁੰਦਾ ਖੁਸ਼ੀਆਂ ਵਾਲਾ ਹੈ ਤਨ ਪਿਰ ਨੇਹ ਕਣਾ ਰਸ ਪ੍ਰੀਤ ਦਿਆਲਾ ਰਾਮ ਜਿਵੇਂ ਦੁਨਿਆਵੀ ਇਸਤਰੀ ਦਾ ਆਪਣੇ ਪਿਰ ਪਤੀ ਨਾਲ ਕਣਾ ਬਹੁਤਾ ਨੇਹ ਪ੍ਰੇਮ ਹੁੰਦਾ ਉਸ ਇਸਤਰੀ ਦਾ ਪਤੀ ਦਿਆਲੂ ਹੋ ਕੇ ਭਾਵ ਪ੍ਰੀਤੀ ਨਾਲ ਵੇਖ ਕੇ ਆਪਣਾ ਪ੍ਰੇਮ ਬਖਸ਼ਦਾ ਇਸੇ ਪ੍ਰਕਾਰ ਜਗਿਆ ਸਰੂਪ ਤਨ ਇਸਤਰੀ ਦੇ ਤਾਈਂ ਆਭਾਸ ਬਿਰਤੀ ਦੇ ਤਾਈਂ ਸਾਖੀ ਚੇਤਨ ਪਿਰ ਪਤੀ ਦਾ ਕਣਾ ਬਹੁਤਾ ਨੇਹੋ ਪ੍ਰੇਮ ਹੈ ਜਿਨ੍ਹਾਂ ਦਾ ਵਾਹਿਗੁਰੂ ਦੀ ਪ੍ਰੀਤੀ ਵਿੱਚ ਰਸ ਪ੍ਰੇਮ ਹੈ ਉਹਨਾਂ ਤੇ ਪਤੀ ਰਾਮ ਪਰਮੇਸ਼ਰ ਦਿਆਲੂ ਹੁੰਦਾ ਹੈ ਧਨ ਪਿਰਹਿ ਮੇਲਾ ਹੋ ਸਵਾਮੀ ਆਪ ਪ੍ਰਭ ਕਿਰਪਾ ਕਰੀ ਇਸ ਜਿਗਿਆਸੂ ਰੂਪ ਧਨ ਇਸਤਰੀ ਦਾ ਪਿਰਹਿ ਪਤੀ ਸੁਆਮੀ ਪਰਮੇਸ਼ਰ ਨਾਲ ਤਾਂ ਹੀ ਮੇਲਾ ਮਿਲਾਪ ਹੋ ਸਕਦਾ ਆਭਾਸ ਬਿਰਤੀ ਰੂਪ ਧਨ ਇਸਤਰੀ ਦਾ ਪਤੀ ਚੇਤਨ ਨਾਲ ਤਾਂ ਹੀ ਮਿਲਾਪ ਹੋ ਸਕਦਾ ਜਦੋਂ ਆਪ ਸਮਰੱਥ ਵਾਹਿਗੁਰੂ ਸਤਗੁਰੂ ਰੂਪ ਧਾਰ ਕੇ ਕਿਰਪਾ ਦਇਆ ਦ੍ਰਿਸ਼ਟੀ ਕਰ ਦੇਵੇ ਸੇਜਾ ਸੁਹਾਵੀ ਸੰਗ ਬਿਰਕੈ ਸਾਤ ਸਰ ਅੰਮ੍ਰਿਤ ਭਰੇ ਜੋ ਜਗਿਆਸੂ ਰੂਪ ਇਸਤਰੀ ਫਿਰ ਪਤੀ ਅਕਾਲਪੁਰਖ ਦੇ ਨਾਲ ਜੁੜੀ ਹੋਈ ਆ ਉਸ ਦੀ ਅੰਤਹਿ ਕਰਨ ਰੂਪੀ ਸੇਜਾ ਸ਼ੋਭਨੀਕ ਹੋਈ ਹੈ ਅਤੇ ਉਸ ਦੇ ਸਾਤ ਸਤ ਸਰ ਸਰੋਵਰ ਪਾਵ ਪੰਜ ਗਿਆਨਿੰਦਰੀ ਅੱਖਾਂ ਨੱਕ ਕੰਨ ਜੀਬ ਚਮੜੀ ਮਨ ਤੇ ਬੁੱਧ ਪ੍ਰੇਮ ਰਸ ਰੂਪੀ ਅੰਮ੍ਰਿਤ ਜਲ ਨਾਲ ਭਰੇ ਹੋਏ ਹਨ ਕਰ ਦਇਆ ਮਇਆ ਦਿਆਲ ਸਾਚੀ ਸ਼ਬਦ ਮਿਲ ਗੁਣ ਗਾਵੋ ਜਿਸ ਜਿਗਿਆਸੂ ਰੂਪ ਸਖੀ ਉੱਪਰ ਸੱਚ ਸਰੂਪ ਦਿਆਲੂ ਪਰਮੇਸ਼ਰ ਨੇ ਮਿਹਰ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ ਉਹ ਸਤਿਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਵਾਹਿਗੁਰੂ ਦੀਆਂ ਸਿਫਤਾਂ ਤਾਈਂ ਗਾਇਨ ਕਰਦੀ ਹੈ ਨਾਨਕਾ ਹਰ ਵਰ ਦੇਖ ਬਿਗਸੀ ਮੁੰਦ ਮਨ ਓ ਮਾਹ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਉਹ ਜਗਿਆਸੂ ਰੂਪ ਇਸਤਰੀ ਪਰਮੇਸ਼ਰ ਰੂਪ ਵਰ ਪਤੀ ਨੂੰ ਵੇਖ ਕਰਕੇ ਅਭਾਸ ਬਿਰਤੀ ਜੋ ਬ੍ਰਹਮਾਕਾਰ ਹੋਈ ਆ ਉਹ ਵਰਪਤੀ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਵੇਖ ਕਰਕੇ ਵਿਕਸੀ ਪ੍ਰਸੰਨ ਹੋਈ ਆ। ਸੋ ਕਹਿੰਦੇ ਅਗਿਆਤ ਮੁਗਧ ਭਾਵ ਅਗਿਆਤ ਜਿਗਿਆਸੂ ਰੂਪ ਇਸਤਰੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਮਨ ਹਿਰਦੇ ਵਿੱਚ ਉਮਾਹੋ ਉਤਸ਼ਾਹ ਹੋ ਗਿਆ। ਹੁਣ ਅੱਗੇ ਉੱਤਮ ਸਖੀ ਮੱਦਮ ਸਖੀ ਮਹਾਤਮਾ ਰੂਪ ਸਖੀ ਜਿਗਿਆਸੂ ਰੂਪ ਸਖੀ ਨੂੰ ਕਹਿੰਦੀ ਹੈ। ਮੁੰਦ ਸਹਿਜ ਸਲੋਨੜੀਏ ਇੱਕ ਪ੍ਰੇਮ ਬਿਨੰਤੀ RAM ਹੇ ਜਿਗਿਆਸੂ ਰੂਪ ਮੁੰਦ ਇਸਤਰੀਏ ਸਹਿਜ ਸੁਭਾਵਕ ਹੀ ਵਿਵੇਕ ਵਿਰਾਗ ਜਾਂ ਸੁਰਤੀ ਸਮ੍ਰਤੀ ਰੂਪ ਸਲੋਨੜੀਏ ਸੁੰਦਰ ਨੇਤਰਾਵਾਲੀਏ ਅਦਵੈਤ ਰੂਪਤੀ ਰਾਮ ਪਰਮੇਸ਼ਰ ਦੇ ਅੱਗੇ ਹਿਰਦੇ ਵਿੱਚੋਂ ਪਿਆਰ ਦੇ ਸਹਿਤ ਅਰਜ ਕਰ ਬੇਨਤੀ ਕਰ ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ ਰਾਮ ਹੇ ਸਖੀ ਮੇਰੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਇਕ ਰਸ ਪਰਮੇਸ਼ਰ ਪਤੀ ਪਾਉਂਦਾ ਹੈ ਅਤੇ ਮੇਰੀ ਬਿਰਤੀ ਰਮੇ ਹੋਏ ਪ੍ਰਭੂ ਦੇ ਮਿਲਾਪ ਨਾਵੇਚ ਰਤੀ ਰੰਗੀ ਹੋਈ ਆ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਹੇ ਜਗਿਆਸੂ ਰੂਪ ਸਖੀ ਜੋ ਪ੍ਰਭ ਪਰਮੇਸ਼ਰ ਦੇ ਪ੍ਰੇਮ ਪਿਆਰ ਵਿੱਚ ਰਤੀ ਹੋਈ ਆ ਜੋ ਅਭਾਸ ਬਿਰਤੀ ਬ੍ਰਹਮਾਕਾਰ ਹੋਣ ਰੂਪ ਰਾਤੀ ਰੰਗ ਕੇ ਹਰ ਪਰਮੇਸ਼ਰ ਅੱਗੇ ਹਰ ਸਮੇਂ ਬੇਨੰਤੀ ਬੇਨਤੀ ਕਰਦੀ ਹੈ ਉਪਤੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੁਖ ਆਨੰਦ ਸਰੂਪ ਵਿੱਚ ਵਸਦੀ ਭਾਵ ਇਸਤਤ ਹੁੰਦੀ ਆ ਤਉ ਗੁਣ ਪਛਾਣੈ ਤਾ ਪ੍ਰਭ ਜਾਣੈ ਗੁਣਹਿ ਵਸ ਅਵਗਣ ਨਸੈ हे ਪਰਮੇਸ਼ਰ ਜੋ ਜਗਿਆਸੂ ਰੂਪ ਸਖੀ ਤੇਰੇ ਸਰੂਪ ਲਖਣ ਵਾਲੇ ਗੁਣਾ ਨੂੰ ਸਿਆਣਦੀ ਹੈ ਤਦ ਹੀ ਉਹ ਤੇਰੇ ਤਾਈਂ ਜਾਣ ਸਕਦੀ ਹੈ ਅਤੇ ਉਸ ਦੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਗੁਣੇ ਸ਼ubh ਗੁਣਾ ਦੇ ਵਸ ਵਸਣੇ ਕਰਕੇ ਸਾਰੇ ਗੁਨਾਹ ਨਸੈ ਨਸ ਜਾਂਦੀ ਹੈ। ਇਹ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਗੁਨਾਹ ਨੂੰ ਵੇਖ ਕੇ ਤੂੰ ਵਸ ਜਾਂਦਾ ਹੈ। ਉਹਨਾਂ ਦੇ ਅੰਦਰੋਂ ਸਾਰੇ ਔਗਣ ਨਸੈ ਕਈਂ ਦੌੜ ਜਾਂਦੇ ਹਨ। ਤੁਦ ਬਾਜ ਇੱਕ ਤਿਲ ਰਹਿ ਨਾ ਸਕ ਕਹਿਣ ਸੁਣਣ ਨਾ ਤੀਜੈ। ਇਹ ਪਰਮੇਸ਼ਰ ਮੈਂ ਜਗਿਆ ਸੁ ਰੂਪ ਸਖੀ। ਤੁਹਾਡੇ ਬਿਨਾ ਇੱਕ ਤਿਲ ਛਿਨ ਮਾਤਰ ਸਮਾਂ ਵੀ ਰਹਿ ਨਹੀਂ ਸਕਦੀ ਲੋਕਾਂ ਤੋਂ ਜਸ ਆਖਣ ਕਰਕੇ ਜਾਂ ਲੋਕਾਂ ਤੋਂ ਜਸ ਸੁਣ ਕੇ ਹਿਰਦੇ ਵਿੱਚ ਤੁਹਾਡੀ ਤੁਹਾਡੀ ਪ੍ਰਾਪਤੀ ਤੋਂ ਬਿਨਾ ਧੀਜ ਧੀਰਜ ਨਹੀਂ ਆਉਂਦੀ ਨਾਨਕਾ ਪ੍ਰਿਯ ਪ੍ਰਿਯ ਕਰ ਪੁਕਾਰੇ ਰਸਨ ਰਸ ਮਨ ਭੀਜੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਵੇਂ ਬਬੀਹਾ ਬੱਦਲ ਨੂੰ ਵੇਖ ਕੇ ਪ੍ਰਿਯ ਪ੍ਰਿਯ ਸ਼ਬਦ ਕਰਕੇ ਪੁਕਾਰਦਾ ਹੈ ਇਉਂ ਹਿਜ ਗਿਆ ਸੁ ਰੂਪ ਸਖੀ ਜੋ ਸਾਰਿਆਂ ਦਾ ਪ੍ਰਿਯ ਪਿਆਰਾ ਪ੍ਰਿਯਪਤੀ ਵਾਹਿਗੁਰੂ ਹੈ ਉਸ ਦੇ ਨਾਮ ਨੂੰ ਉਚਾਰਨ ਕਰਕੇ ਪੁਕਾਰੇ ਪੁਕਾਰਦੀ ਰਹ ਜਦੋਂ ਤੇਰੀ ਰਸਨ ਜੀਬਾ ਨਾਮ ਰਸ ਵਿੱਚ ਰਸੀ ਜਾਵੇਗੀ ਤੇ ਮਨ ਹਿਰਦਾ ਵੀ ਅੰਦਰੋਂ ਭੀਜੇ ਭੇਜ ਜਾਵੇਗਾ ਤਾਂ ਫਿਰ ਤੈਨੂੰ ਵਾਹਿਗੁਰੂ ਪਤੀ ਦੀ ਪ੍ਰਾਪਤੀ ਹੋ ਜਾਵੇਗੀ ਸਖੀ ਹੋ ਸਹੇਲੜੀ ਹੋ ਮੇਰਾ ਪਿਰਵਣ ਜਾਰਾ RAM ਇਹ ਸਰਦ ਭਗਤੀ ਮੰਨ ਤੇ ਸਰੀਰ ਦੀਓ ਸਖੀਓ ਸਹੇਲੜੀਓ ਮੇਰਾ ਸਤਗੁਰੂ ਰੂਪ ਪਿਰ ਪਤੀ RAM ਅਕਾਲ ਪੁਰਖ ਆਪਣੇ ਸਰੂਪ ਦੀ ਪ੍ਰਾਪਤੀ ਦਾ ਵਣਜਾਰਾ ਵਣਜ ਕਰਾਉਣ ਵਾਲਾ ਹੈ ਮੇਰਾ ਪਤੀ ਅਕਾਲ ਪੁਰਖ ਜੀਵਾਂ ਦੇ ਕਰਮਾਂ ਧਰਮਾਂ ਦੇ ਵਿਹਾਰਾ ਨੂੰ ਚਲਾਉਣ ਵਾਲਾ ਆਪ ਹੀ ਵਣਜਾਰਾ ਹੈ ਹਰ ਨਾਮ ਵਣੰਜੜਿਆ ਰਸਮੂਲ ਅਪਾਰਾ RAM ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸੋਂ ਪਤੀ ਵਾਇਗਰੂ ਦੇ ਨਾਮ ਨੂੰ ਵਣੰਜੜਿਆ ਖਰੀਦਣਾ ਕੀਤਾ ਹੈ ਉਹਨਾਂ ਨੂੰ ਅਪਾਰਾ ਪਾਰਾ ਵਾਰ ਤੋਂ ਰਹਿਤ ਪਤੀ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦਾ ਮੋਲ ਮੁੱਲ ਰਸ ਪ੍ਰੇਮ ਬਖਸ਼ਿਆ ਹੈ ਮੂਲ ਅਮੋਲੋ ਸੱਚ ਘਰ ਢੋਲੋ ਪ੍ਰਭ ਭਾਵੈ ਤਾਂ ਮਨੁਂਦ ਭਲੀ ਜੋ ਪਰਤਖ ਮੂਲ ਤੋਂ ਅਮੋਲੋ ਅਮੋਲਕ ਹੈ ਉਹ ਢੋਲੋ ਪਿਆਰਾ ਪਦੀ ਪਰਮੇਸ਼ਰ ਸੱਚੇ ਸਤ ਸੰਗਤ ਰੂਪੀ ਘਰ ਦੁਆਰਾ ਪ੍ਰਾਪਤ ਹੁੰਦਾ ਢੋਲੋ ਪਿਆਰਾ ਪਰਮੇਸ਼ਰ ਜਪ ਤਪ ਜਾਂ ਗਿਆਨ ਧਿਆਨ ਰੂਪੀ ਸਾਧਨਾ ਦੇ ਵਟਿਆਂ ਨਾਲ ਮੁੱਲ ਨਹੀਂ ਮਿਲਦਾ ਅਮੋਲਕ ਪਰਮੇਸ਼ਰ ਸੱਚੇ ਘਰ ਰੂਪੀ ਸਾਧਨਾ ਦੇ ਅਮੋਲਕ ਪਰਮੇਸ਼ਰ ਸੱਚੇ ਘਰ 사ਤਸੰਗਤ ਦੁਆਰਾ ਪ੍ਰਾਪਤ ਹੁੰਦਾ ਜੇ ਉਸ ਪਤੀ ਅਕਾਲਪੁਰਖ ਨੂੰ ਪਾ ਜਾਵੇ ਤਦ ਮੁੰਦ ਕਈਏ ਮੁਗਦ ਅਗਿਆਤ ਜੋਬਨ ਵਾਲੀ ਜਿਗਿਆਸੂ ਰੂਪ ਸਖੀ ਭਲੀ ਚੰਗੀ ਭਾਵ ਲਾਇਕ ਬਣ ਸਕਦੀ ਹੈ ਇੱਕ ਸੰਗ ਹਰ ਕੈ ਕਰਹਿ ਰਲਿਆ ਹਉ ਪੁਕਾਰੀ ਦਰ ਖਲੀ ਇਕ ਮਹਾਤਮਾ ਰੂਪ ਉੱਤਮ ਸਖੀਆਂ ਵਾਹਿਗੁਰੂ ਦੇ ਸੰਗ ਪ੍ਰੇਮ ਨਾਲ ਮਿਲ ਕੇ ਅਭੇਦਤਾ ਚਿੰਤਨ ਰੂਪ ਖੁਸ਼ੀਆਂ ਨੂੰ ਮਾਨਣਾ ਕਰਦੀਆਂ ਹਨ ਅਤੇ ਜਗਿਆਸੂ ਰੂਪ ਸਖੀ ਕਹਿੰਦੀ ਹੈ ਕਿ हे ਪਰਮੇਸ਼ਰ ਮੈਂ ਆਪ ਜੀ ਦੇ satsangat ਰੂਪੀ ਗਿਆਨ ਰੂਪੀ ਦਰ ਦੁਆਰੇ ਤੇ ਖਲੀ ਖੜੀ ਪੁਕਾਰਾਂ ਕਰਦੀ ਫਰਿਆਦ ਕਰਦੀ ਹਾਂ ਮਹਾਤਮਾ ਰੂਪ ਸਖੀ ਕਹਿੰਦੀ ਹੈ ਕਰਣ ਕਾਰਣ ਸਮਰੱਥ ਸ੍ਰੀ ਧਰ ਆਪ ਕਾਰਜ ਸਾਰੈ ਇਹ ਸਾਰਿਆਂ ਕਰਨ ਕਾਰਣ ਕਾਰਜਾਂ ਦੇ ਕਰਨ ਵਾਲੇ ਸਰਬ ਕਲਾ ਸਮਰੱਥ ਸਾਰਿਆਂ ਨੂੰ ਸ਼ਕਤੀਆਂ ਦੇਣ ਵਾਲੇ ਸ੍ਰੀ ਸ਼ਰੋਮਣੀ ਧਰ ਆਸਰਾ ਰੂਪ ਅਤੀ ਪਰਮੇਸ਼ਰ ਆਪ ਜੀ ਨੇ ਜਗਿਆਸੂ ਰੂਪ ਸਖੀਆਂ ਤੋਂ ਤਨ ਮਨ ਧਨ ਲੈ ਕੇ ਗੁਰੂ ਸਰੂਪ ਹੋ ਕੇ ਉਨ੍ਹਾਂ ਦੇ ਮੁਕਤੀ ਰੂਪੀ ਕਾਰਜ ਕੰਮ ਨੂੰ ਸਾਰੇ ਇਸ ਵਾਰਨਾ ਕੀਤਾ ਹੈ ਨਾਨਕ ਨਦਰੀ ਧਨ ਸੁਹਾਗਣ ਸਬਦ ਅਬ ਸਾਧਾਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਉਤੇ ਵਾਹਿਗੁਰੂ ਕਿਰਪਾ ਨਦਰ ਦ੍ਰਿਸ਼ਟੀ ਹੋਈ ਹੈ ਉਹ ਸੁਹਾਗਵੰਤੀ ਮਹਾਤਮਾ ਰੂਪ ਸਖੀ ਧੰਤਾ ਦੇ ਯੋਗ ਆ ਕਿਉਂਕਿ ਉਸਨੇ ਉਪਦੇਸ਼ ਦੁਆਰਾ ਕਮਾਈ ਕਰਕੇ ਆਪਣੇ ਅਭਿਰਦੇ ਨੂੰ ਸੁਧਾਰਦੀ ਆਉ ਉਸਨੇ ਆਪਣੇ ਹਿਰਦੇ ਨੂੰ ਸਹਿਤ ਆਸਰੇ ਦੇ ਕੀਤਾ ਹਮਕਰ ਸਾਚਾ ਸੋਹੇ ਲੜਾ ਪ੍ਰਭ ਆਏ ਅੜੇ ਮੀਤਾ RAM ਹਿਜ ਗਿਆ ਸੁਰੂਪ ਸਖੀਏ ਸੱਚੇ ਪਰਮੇਸ਼ਰ ਦਾ ਸੋਹੇ ਲੜਾ ਜਸ ਗਉਣ ਕਰਕੇ ਸਾਡੇ ਸਰੀਰ ਰੂਪੀ ਘਰ ਵਿੱਚ ਆਨੰਦ ਹੋਇਆ ਜਿਸ ਵੇਲੇ ਮਿੱਤਰ ਦੀ ਨਿਆਈ ਰਮਿਆ ਆਇਆ ਪਤੀ ਅਕਾਲ ਪੁਰਖ ਆਕੇ ਪ੍ਰਭਤ ਹੋਇਆ। 라ਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ। ਜੋ ਜਗਿਆ ਸੁਰੂਪ ਸਖੀ ਪਤੀ ਪਰਮੇਸ਼ਰ ਦੇ ਪ੍ਰੇਮ ਵਿੱਚ ਤਦਾਕਾਰ ਹੋਈ ਆ। ਉਹ ਪਤੀ ਪਰਮੇਸ਼ਰ ਦੇ ਆਨੰਦ ਨੂੰ 라ਵੇ ਮਾਨਦੀ ਹੈ। ਕਿਉਂਕਿ ਉਸ ਦਾ ਗੁਰੂ ਸਾਹਿਬ ਜੀ ਨੇ ਅੰਤਹਿ ਕਰਨ ਲੀੜਾ ਲਿਆ ਭਾਵ ਲੈ ਕੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਦੇਣਾ ਕੀਤਾ ਹੈ। ਆਪਣਾ ਮਨ ਦੀ ਆਹਰ ਵਾਰ ਲੀਆ ਜਿਉ ਭਾਵੈ ਤਿਉ ਰਾਵੈ ਜਿਹੜੀ ਜਗਿਆਸੂ ਰੂਪ ਸਖੀ ਨੇ ਆਪਣਾ ਮਨ ਚਿਤ ਗੁਰਾਂ ਦੁਆਰਾ ਦੇਣਾ ਕੀਤਾ ਹੈ ਉਸ ਨੇ ਹਰ ਅਕਾਲ ਪੁਰਖ ਰੂਪ ਪਤੀ ਨੂੰ ਪ੍ਰਾਪਤ ਕਰ ਲਿਆ ਹੈ ਹੁਣ ਜਿਵੇਂ ਉਸ ਨੂੰ ਭਾਉਂਦਾ ਹੈ ਤਿਵੇਂ ਅਭੇਦ ਨਿਸ਼ਚੇ ਦੇ ਆਨੰਦ ਨੂੰ ਰਾਵੈ ਮਾਨਦੀ ਹੈ ਤਨ ਮਨ ਪਿਰ ਆਗੈ ਸਬਦ ਸੁਭਾਗੈ ਘਰ ਅੰਮ੍ਰਿਤ ਫਲ ਪਾਵੈ ਜੋ ਸੁਭਾਗੈ ਸ੍ਰੇਸ਼ਟ ਭਾਗਾਂ ਵਾਲੀ ਨੇ ਸੋ ਉਪਦੇਸ਼ ਦੁਆਰਾ ਤਨ ਸਰੀਰ ਤੇ ਮਨ ਹਿਰਦਾ ਪਿਰ ਪਤੀ ਅਕਾਲ ਪੁਰਖ ਦੇ ਅੱਗੇ ਅਰਪਨਾ ਕੀਤਾ ਹੈ ਉਹ ਘਰ ਹਿਰਦੇ ਅੰਦਰੋਂ ਅੰਮ੍ਰਿਤ ਮਰਨ ਤੋਂ ਰਹਿਤ ਕਰਨ ਵਾਲੇ ਬ੍ਰਹਮ ਆਨੰਦ ਰੂਪੀ ਫਲ ਨੂੰ ਪਾ ਲੈਂਦੀ ਆ ਬੋਧ ਪਾਠ ਨਾ ਪਾਈਐ ਬਹੁ ਚਤੁਰਾਈਐ ਪਾਏ ਮਿਲੇ ਮਨ ਭਾਣੇ ਪਰਮੇਸ਼ਰ ਬੁੱਧੀ ਦੀਆਂ ਬਹੁਤੀਆਂ ਚਤਰਾਈਆਂ ਸਿਆਣਪਾਂ ਵਿਆਕਰਣਾਂ ਜਾਂ ਕਿਸੇ ਹੋਰ ਪੁਸਤਕਾਂ ਦੀ ਪੜ੍ਹਾਈ ਕਰਨ ਨਾਲ ਨਹੀਂ ਪਾਈਦਾ ਜੇਕਰ ਮਨ ਹਿਰਦੇ ਕਰਕੇ ਭਾਣੇ ਹੁਕਮ ਵਿੱਚ ਚੱਲੀਏ ਤਾਂ ਉਹ ਪਾਈ ਪਿਆਰਾ ਪਤੀ ਪਰਮੇਸ਼ਰ ਮਿਲੈ ਪ੍ਰਾਪਤ ਹੁੰਦਾ ਹੈ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਗੁਰੂ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ ਸਵਾਮੀ ਅਕਾਲਪੁਰਖ ਵਾਹਿਗੁਰੂ ਹਮਾਰੇ ਸਾਡੇ ਮਨ ਦਾ ਮੀਤ ਮਿੱਤਰ ਹੈ ਹੁਣ ਹਮ ਕਹੀਏ ਅਸੀਂ ਲੋਕਾਣੇ ਲੋਕਾਂ ਦੇ ਲਾਇਕ ਨਹੀਂ ਰਹੇ ਲੋਕਾਣੇ ਕਹੀਏ ਲੁਕੇ ਛਿਪੇ ਨਹੀਂ ਰਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ <laughs> ਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ